पार्टी दे गुरदीप सिंह गोशा जी बैठा है। गोशा जी जो कुछ सरकार ने अज फैसला दिता है, कैबिनेट ने जो फैसला दिता है, उसनू तुसीं किस नजरिए नाल देखते हो? बड़ा मदभागी गल है अज भी पंजाब कैबिनेट दे विच फैसला होया जिहड़ी अख्तियारी कोटियां दी घाट की गई है। देखो कटौती नू घट दिता गया, पहली गल तां इह साबित हो गया कि पंजाब क्राइसिस दे विच है। मैं एक गल तत्त दस दिंदा, वैसट बंगाल, केरला ते पंजाब तीनों ही गरीबी रेखा दे हेठां आ गए है, बॉटम च आ गए तीनों स्टेटां। इहदा मतलब है कि पंजाब क्राइसिस च है। दूजी गल, बड़ी साजिश दे नाल अरविंद केजरीवाल साहब अपने रिमोट राही इह फैसला करवा गए, क्योंकि वह चाहते ही नहीं पंजाब दे मुख्यमंत्री जां पंजाब दे मंत्रियां कोल कोई कोटा अख्तियारी फंड होवे जिहड़ी मुख ते अख्तियारी कर सकन। हुण गल हुंदी इक मुख्यमंत्री दी, मुख्यमंत्री दा कोटा तां वध होना चाहीदा क्योंकि मुख्यमंत्री ने सारे स्टेट ते घुमणा हुंदा, ते जिहड़े मंत्री हुंदे 15-16 मंत्री बणदे आ जिहड़े अलग अलग सिटी दे विच जां पिंडां दे विच आए हुंदे आ, उत्थे दे एरिया दे विच जांदे आ, किसे रूरल दे विच लोड हुंदी आ, किसे किते जरूरत हुंदी आ, उह फंड यूज कीते जा सकदे आ। पर उह फंडां दी कटौती इह साबित करदी आ कि अरविंद केजरीवाल नहीं चाहुंदे ਇੱਥੇ ਦੇ ਜਿਹੜੇ ਪੰਜਾਬ ਦੇ ਬਸ਼ਿੰਦਿਆਂ ਨੂੰ, ਜਿਹੜੇ ਪੰਜਾਬ ਦੇ ਮੰਤਰੀ ਆ ਜਾਂ ਪੰਜਾਬ ਦੇ ਮੁੱਖ ਮੰਤਰੀ ਆ, ਉਹਨਾਂ ਦੀ ਜੇਬ 'ਚ ਕੋਈ ਇਹੋ ਜਿਹੀ ਚੀਜ਼ ਹੋਵੇ ਜਿਹੜੀ ਉਹ ਆਪਣੀ ਮੁਖਤਿਆਰੀ ਕਰ ਸਕਣ। ਇਹਦਾ ਮਤਲਬ ਕਿ ਸਾਡੇ ਅਖਤਿਆਰੀ ਤੇ ਉੱਤੇ ਡਾਕਾ ਹੈ ਬੜਾ ਵੱਡਾ ਅਰਵਿੰਦ ਕੇਜਰੀਵਾਲ ਦਾ। ਇਹ ਫੈਸਲੇ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਮੰਤਰੀਆਂ ਨੂੰ, ਇਹ ਫੈਸਲੇ ਤੋਂ ਪਹਿਲਾਂ MLA ਨੂੰ ਸੋਚਣਾ ਚਾਹੀਦਾ ਸੀ ਵੀ ਇਹ ਕੈਬਨਿਟ 'ਚ ਫੈਸਲਾ ਜਾਰੀ ਕਿੱਦਾਂ ਹੋ ਗਿਆ, ਜਦਕਿ ਚਾਹੀਦਾ ਪੈਂਦਾ ਸੀ। ਜਿੱਦਾਂ ਹੁਣ ਭਗਵੰਤ ਮਾਨ ਜੀ ਵਾਰ ਵਾਰ ਕਹਿੰਦੇ ਕਿ ਅਸੀਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੋਟਾਂ ਤੋਂ ਪਹਿਲਾਂ ਵੀ ਸਾਡੇ ਕੋਲ ਇੱਕ ਰੂਟ ਮੈਪ ਤਿਆਰ ਹੈ ਜਿਸ 'ਚ ਰੇਤ ਮਾਫੀਆ ਨੂੰ ਖਤਮ ਕਰਾਂਗੇ, ਕਰਪਸ਼ਨ ਨੂੰ ਖਤਮ ਕਰਾਂਗੇ, 50,000 ਕਰੋੜ ਰੁਪਏ ਦੇ ਫੰਡ ਤਾਂ ਸਾਡੇ ਸਾਲ ਦੇ ਜਾਰੀ ਹੋ ਜਾਣੇ ਆ। ਜੇ ਅੱਜ 1.5 ਸਾਲ ਦੀ ਸਰਕਾਰ ਵੀ ਲਾ ਲਈਏ ਤੇ ਫਿਰ ਤਾਂ ਇਹਨਾਂ ਕੋਲ 75,000 ਕਰੋੜ ਦੇ ਫੰਡ ਹੋਣੇ ਚਾਹੀਦੇ ਸੀ। ਇੱਕ ਪਾਸੇ ਭਗਵੰਤ ਮਾਨ ਜੀ ਖੁਦ ਕਹਿੰਦੇ ਕਿ ਸਾਡੇ ਕੋਲ ਫੰਡ ਇੰਨੇ ਆ, ਸਾਡਾ ਖਜ਼ਾਨਾ ਭਰਿਆ ਪਿਆ, ਉਦੋਂ ਤਾਂ ਖਾਲੀ ਪੀਪਾ ਹੁੰਦਾ, ਤੇ ਫਿਰ ਇਹਦਾ ਮਤਲਬ ਆਪਾਂ ਅੱਜ ਕਹੀ ਵੀ ਜਾਂਦੇ ਵੀ ਖਾਲੀ ਪੀਪਾ ਪਿਆ ਤੇ ਆਪਾਂ ਦੂਜਿਆਂ ਨੂੰ ਤਾਂ ਤੰਜ ਬੜਾ ਕਰਦੇ ਸੀ, ਪਰ ਅੱਜ ਦੀ ਜਿਹੜੀ ਇਖਤਿਆਰੀ ਫੰਡ ਕੱਟਣਾ ਇੱਥੋਂ ਸਾਬਿਤ ਕਰਦਾ ਕਿ ਇਹ ਪੰਜਾਬ ਦੇ ਲੋਕਾਂ ਨੂੰ ਹੱਕ ਦੇਣਾ ਹੀ ਨਹੀਂ ਚਾਹਦੇ, ਇਹ ਹੱਕਾਂ ਤੇ ਡਾਕਾ ਆ, ਬਹੁਤ ਮਾੜੀ ਘਟਨਾ। ਦੂਜੇ ਪਾਸੇ ਪੰਜਾਬ ਤਰਾਈ ਤਰਾਈ ਕਰ ਰਿਹਾ ਹੜਾਂ ਦੇ ਵਿੱਚ, ਉਧਰ ਵੱਲ ਕਿਸੇ ਦਾ ਧਿਆਨ ਨਹੀਂ। ਬਿਲਕੁਲ ਇਹ ਗੱਲ ਠੀਕ ਕਹੀ ਗਈ ਹੈ ਕਿ ਜੇ ਕਟੌਤੀ ਕਰਨੀ ਸੀ, ਜਿਹੜਾ ਇਹਨਾਂ ਨੇ ਐਡਵਰਟਾਈਜ਼ਮੈਂਟ ਦਾ 750 ਕਰੋੜ ਰੱਖ ਦਿੱਤਾ, ਜਿਹੜਾ ਬੜਾ ਛੋਟਾ ਜਿਹਾ ਫੰਡ ਹੁੰਦਾ ਸੀ ਉਹਨੂੰ ਬਹੁਤ ਵੱਡੇ ਪੱਧਰ ਤੇ ਲੈ ਗਏ, ਉਹ ਕਟੌਤੀ ਕਰਦੇ। ਜਿਹੜਾ ਜਹਾਜ਼ਾਂ ਦੀ ਸੈਰ ਕਰਦੇ ਪਏ ਆ, ਮਿੰਟ ਬਾਅਦ ਹੈਲੀਕਾਪਟਰ ਕੱਢ ਲੈਂਦੇ, ਜਿਹੜਾ ਦੂਜਿਆਂ ਨਾਲ ਮਜ਼ਾਕ ਕਰਦੇ ਸੀ ਉਹਦੀ ਕਟੌਤੀ ਕਰਦੇ, ਕੁਝ ਇਹੋ ਜਿਹੀ ਚੀਜ਼ਾਂ ਦੀ ਕਟੌਤੀ ਕਰਦੇ ਜਿਹੜੇ ਐਵੇਂ ਹੀ ਵਰਤੇ ਜਾ ਰਹੇ ਆ। ਪਰ ਇਹ ਤਾਂ ਜਿਹੜੇ ਫੰਡ ਸੀ ਜਿਹੜੇ, ਹੁਣ ਮੰਨ ਲਓ ਮੈਂ ਮੰਤਰੀ ਨੂੰ ਬੁਲਾਉਣਾ ਕਿਸੇ ਮੰਤਰੀ ਨੂੰ ਆਪਣੇ ਏਰੀਏ 'ਚ, ਤੇ ਮੈਨੂੰ ਵੀ ਸ਼ੌਂਕ ਹੁੰਦਾ ਮੇਰੇ ਏਰੀਆ 'ਚ ਕੋਈ ਪ੍ਰੋਬਲਮਸ ਹੈਗੀਆਂ, ਉਸ ਉਦਾਹਰਣ 'ਤੇ ਉਹ ਮੰਤਰੀ ਆ ਕੇ ਉੱਥੇ ਫੰਡ ਦੇ ਕੇ ਜਾਵੇ। ਉਹ ਪਹਿਲਾਂ ਹੀ ਕੋਈ 1.5 ਕਰੋੜ ਦਾ ਬਾਲਾ ਫੰਡ ਤਾਂ ਪਹਿਲਾਂ ਹੀ ਨਹੀਂ ਸੀ ਮੰਤਰੀਆਂ ਦੇ ਕੋਟੇ 'ਚ, ਉਹਨੂੰ ਵੀ 1 ਕਰੋੜ ਕਰਤਾ, ਤੇ ਜੇ ਮੁੱਖ ਮੰਤਰੀ ਕੋਲ 50 ਕਰੋੜ ਦਾ ਫੰਡ ਹੈ 5 ਸਾਲ ਦੇ ਵਿੱਚ, ਤੁਸੀਂ ਇਹਨੂੰ ਹਿਸਾਬ ਲਾ ਲਓ ਕਿ ਇਹਦਾ ਮਤਲਬ ਮੁੱਖ ਮੰਤਰੀ ਦੇ ਮੰਤਰੀ ਖਾਲੀ ਜਾਣਗੇ, ਅੱਗੇ ਖਾਲੀ ਪੀਪਿਆਂ ਨਾਲ ਜਾਂਦੇ ਸੀ, ਹੁਣ ਖਾਲੀ ਜੇਬਾਂ ਨਾਲ ਜਾਣਗੇ। ਲੋਕਾਂ ਨੂੰ ਕਹਿਣਗੇ ਵੀ ਭਾਈ, ਜਿੱਦਾਂ MLA ਨੂੰ ਕਹਿੰਦੇ, MLA ਕਹਿੰਦਾ ਭਾਈ ਮੇਰੇ ਕੋਲ ਤਾਂ ਕੋਈ ਫੰਡ ਨਹੀਂ, ਮੈਂ ਮੰਤਰੀ ਕੋਲ ਜਾਊਂਗਾ। ਹੁਣ ਮੰਤਰੀ ਕਹੂਗਾ ਭਰਾਵਾ ਫੰਡ ਤਾਂ ਮੇਰੇ ਕੋਲ ਵੀ ਕੋਈ ਨਹੀਂ, ਉਹ ਕਹੂਗਾ ਮੁੱਖ ਮੰਤਰੀ ਕੋਲ ਜਾਊਗਾ, ਮੁੱਖ ਮੰਤਰੀ ਕਹੂਗਾ ਫੰਡ ਤਾਂ ਮੇਰੇ ਕੋਲ ਵੀ ਕੋਈ ਨਹੀਂ, ਮੈਂ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਕੋਲ ਜਾਊਂਗਾ ਵੀ ਕੋਈ ਮਤਾ ਪਾਸ ਕਰਾਓ, ਜਿੰਨਾ ਫੰਡ ਨੇ ਧੱਕਾ ਹੈ। ਦਰਸ਼ਨ ਜੀ ਬਹੁਤ ਧੱਕਾ, ਨਜਾਇਜ਼ ਹੈ। ਦਰਸ਼ਕ ਜੀ, ਇਹਨਾਂ ਦੇ ਜਿਹੜੀ ਕੇਜਰੀਵਾਲ ਸਾਹਿਬ ਦੀ ਯੂਨੀਵਰਸਿਟੀ ਹੈ ਜਾਂ ਰਾਹੁਲ ਗਾਂਧੀ ਦੀ ਯੂਨੀਵਰਸਿਟੀ ਹੈ, ਉਹਦੇ ਵਿੱਚ ਬਹੁਤ ਕੁਝ ਸਿੱਖਦੇ ਆ, ਜੋ ਝੂਠ ਦੀ ਜਿੰਨਾ ਵੱਧ ਤੋਂ ਵੱਧ ਝੂਠ ਬੋਲ ਸਕਦੇ ਬੋਲਦੇ ਆ। ਪਰ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਸੀ ਬੜੇ ਚੀਕ ਚੀਕ ਕੇ ਬੋਲ ਰਹੇ ਸੀ, ਪਰ ਉਹਨਾਂ ਨੂੰ ਅਰੋੜਾ ਸਾਹਿਬ ਨੂੰ ਥੋੜੀ ਤੱਥਾਂ ਦੀ ਕਮੀ ਹੈ, ਮੈਂ ਉਹਨਾਂ ਨੂੰ ਤੱਥ ਦੱਸ ਦਿੰਦਾ। ਇਹ ਕਹਿ ਰਹੇ ਆ, ਸਭ ਤੋਂ ਪਹਿਲਾਂ ਕਹਿ ਰਹੇ ਆ ਵੀ ਅਸੀਂ ਲੀਕੇਜ ਬੰਦ ਕਰਤੀ, ਅਸੀਂ ਨਹੀਂ ਚਾਹੁੰਦੇ ਵੀ ਕੋਈ ਲੀਕੇਜ ਹੋਵੇ। ਇਹਦਾ ਮਤਲਬ ਕਿ ਇਹਨਾਂ ਨੇ ਜਿਹੜੇ ਮੁੱਖ ਮੰਤਰੀ ਬਣਾਏ ਆ ਜਾਂ ਇਹਨਾਂ ਨੇ ਜਿਹੜੇ ਮੰਤਰੀ ਬਣੇ, ਉਹਨਾਂ 'ਤੇ ਭਰੋਸਾ ਹੀ ਨਹੀਂ ਹੈਗਾ। ਕਿੰਨੇ ਦਾ ਭਰੋਸਾ ਨਹੀਂ? 20 ਕਰੋੜ ਦਾ। 20 ਕਰੋੜ ਦਾ ਲੈਸ ਕਰਤਾ ਵੀ, ਇੱਕ 20 ਕਰੋੜ ਦਾ ਵੀ ਉਹਨਾਂ 'ਤੇ ਭਰੋਸਾ ਨਹੀਂ ਹੈਗਾ। ਇਹ ਇੱਕ ਪਾਸੇ ਕਹਿੰਦੇ ਆ ਡੰਕੇ ਦੀ ਚੋਟ 'ਤੇ, ਕਹਿੰਦੇ ਅਸੀਂ ਦੁਨੀਆ ਦੇ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਦੇ ਮੰਤਰੀ ਬਣਾਇਆ, ਫਿਰ ਉਹਨਾਂ 'ਤੇ ਭਰੋਸਾ ਵੀ ਨਹੀਂ ਰੱਖਦੇ। ਪਹਿਲੀ ਗੱਲ ਇਹਨਾਂ ਤੋਂ ਗੱਲ, ਦੂਜੀ